ਨਰਮਾ ਬੀਜ ਨਾਲੇ ਕਿਸਾਨ ਵੀਰਾਂ ਦੇ ਲਈ ਬਹੁਤ ਮਹੱਤਵਪੂਰਨ ਟਾਈਮ ਆਉਣ ਵਾਲਾ ਹੈ ਕਿਉਂਕਿ 15 ਮਈ ਤੱਕ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਰਮੇ ਦੀ ਬਿਜਾਈ ਪੂਰੀ ਕਰ ਲਈਏ ਤਾਂ ਉਸ ਕੰਡੀਸ਼ਨ ਦੇ ਵਿੱਚ ਸਾਨੂੰ ਹੁਣੇ ਤੋਂ ਜਿਹੜੇ ਨਰਮੇ ਦੇ ਬੀਜ ਹੈ ਉਹਨਾਂ ਦੀ ਸਿਲੈਕਸ਼ਨ ਕਰਨੀ ਪੈਂਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਵਿਭਾਗ ਨੇ ਕੁਝ ਨਰਮੇ ਦੀਆਂ ਵੱਖ-ਵੱਖ ਕੰਪਨੀ ਦੀਆਂ ਕਿਸਮਾਂ ਪ੍ਰਮਾਣਿਤ ਕੀਤੀਆਂ ਕਿ ਅਸੀਂ ਉਹਨਾਂ ਕਿਸਮਾਂ ਨੂੰ ਲੈ ਕੇ ਖੇਤ ਦੇ ਵਿੱਚ ਲਗਾ ਸਕਦੇ ਹਾਂ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਹੈ ਕਿ ਚੰਗੀ ਕੰਪਨੀ ਦੀ ਮੈਂ ਬੀਜ ਲੈ ਲਵਾਂ ਪਰੰਤੂ ਬਾਜ਼ਾਰ ਦੇ ਵਿੱਚ ਕਈ ਸਾਰੀਆਂ ਕੰਪਨੀਆਂ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਕੰਪਨੀ ਸਰਕਾਰ ਦੁਆਰਾ ਪ੍ਰਮਾਣਿਤ ਹੈ ਤੇ ਕਿਹੜੀ ਕੰਪਨੀ ਨਹੀਂ ਜਾਂ ਇੱਕ-ਇੱਕ ਕੰਪਨੀ 10-10 17 ਦੇ ਬੀਜ ਦੇ ਰਹੀ ਹੈ ਤਾਂ ਉਹਦੇ ਵਿੱਚੋਂ ਕਿਹੜੇ ਚਾਰ ਕਿਸਮਾਂ ਸਰਕਾਰ ਨੇ ਪ੍ਰਮਾਣਿਤ ਕੀਤੀਆਂ ਤੇ ਕਿਹੜੀਆਂ ਚਾਰ ਨਹੀਂ ਤਾਂ ਇਸੇ ਸੰਬੰਧੀ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਦੋਸਤੋ ਜਿਹੜੀਆਂ ਮੈਂ ਵੈਰਾਈਟੀ ਦੀ ਗੱਲ ਕਰੂੰਗਾ ਉਹ ਸਾਰੀਆਂ ਬੋਲਗਰ 2 ਹੋਣਗੀਆਂ ਠੀਕ ਹੈ ਜੀ ਬੋਲਗਰ 2 ਹੋਣਗੀਆਂ ਮੈਂ ਬੋਲਾਂ ਚਾਹੇ ਨਾ ਬੋਲਾਂ ਇਹ ਬੋਲਗਰ 2 ਉਹ ਨੂੰ ਕਹਿੰਦੇ ਐ ਜਿਹਦੇ ਵਿੱਚ ਦੋ ਬੀਟੀ ਟਾਕਸਿਨ ਹੁੰਦੇ ਐ ਕਰਾਈ 1ਏ ਸੀ ਐਂਡ ਕਰਾਈ 1ਐਫ ਜਿਹੜਾ ਕਿ ਇੱਕ ਕਾਫੀ ਰੇਂਜ ਜਿਹੜਾ ਹੈਗਾ ਇਹਦੀਆਂ ਸੁੰਡੀਆਂ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਇਤਾ ਕਰਦਾ ਤਾਂ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ 27 ਮਾਰਚ 2021 ਨੂੰ ਅਜੀਤ ਅਖਬਾਰ ਦੇ ਵਿੱਚ ਇਹ ਕੈਡ ਦਿੱਤੀ ਹੈ ਜਿਦੇ ਵਿੱਚ 28 ਕੰਪਨੀਆਂ ਦੇ ਜਿਹੜੇ ਬੀਜ ਐ ਔਰ ਉਹਨੀਆਂ ਵੱਖ-ਵੱਖ ਵੈਰਾਈਟੀਆਂ ਦਸੀਆਂ ਜਿਹੜੀਆਂ ਕਿਸਾਨ ਲਗਾ ਸਕਦੇ ਐ ਤਾਂ ਦੋਸਤੋ ਇਹਦੇ ਵਿੱਚੋਂ ਕੁਝ ਕੰਪਨੀਆਂ ਦੂਜੀ ਕੰਪਨੀ ਦਾ ਬੀਜ ਲੈ ਕੇ ਵੇਚ ਰਹੀਆਂ ਐ ਤੇ ਕੁਝ ਕੰਪਨੀਆਂ ਆਪਣਾ ਬੀਜ ਖੁਦ ਵੇਚ ਰਹੀਆਂ ਇਹ ਲਿਸਟ ਲੰਬੀ ਐ ਵੀਡੀਓ ਵੀ ਲੰਬੀ ਹੋਏਗੀ ਤਾਂ ਮੈਂ ਬੇਨਤੀ ਕਰਾਂਗਾ ਕਿ ਆਪਣਾ ਜੋ YouTube ਚੈਨਲ ਐ ਮੇਰੀ ਖੇਤੀ ਮੇਰਾ ਕਿਸਾਨ ਇੱਥੇ ਵੀ ਇਹ ਵੀਡੀਓ ਚੱਲ ਰਹੀ ਹੈ ਉਹਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਲਿੰਕ ਦੇ ਦੇਣਾ ਹੈ ਉੱਥੋਂ ਤੁਸੀਂ ਇਸ ਲਿੰਕ ਨੂੰ ਖੋਲ ਕੇ ਇਹਦਾ ਸਕਰੀਨਸ਼ਾਟ ਲੈ ਕੇ ਜਿਸ ਕੰਪਨੀ ਦਾ ਤੁਸੀਂ ਪਤਾ ਕਰਨਾ ਚਾਹ ਰਹੇ ਹੋ ਉਹ ਪਤਾ ਕਰ ਸਕਦੇ ਹੋ ਤਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਨਵੇਂ ਆ ਤਾਂ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਦੋਸਤੋ ਪਹਿਲੀ ਕੰਪਨੀ ਹੈ ਪ੍ਰਭਾਤ ਐਗਰੀ ਬਾਇਓਟੈਕ ਲਿਮਟਿਡ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਭ ਦਾ ਹੀ ਬੋਲਗਾਰ 2 ਹੋਏਗਾ ਠੀਕ ਹੈ ਇਹਦੀ ਇਹ ਦੋ ਕਿਸਮਾਂ ਪੀਸੀਐ 877 ਤੇ 9611 ਬਲਕਿ ਪੀਸੀਐ 9611 ਨਿਊਜੀਵੁੱਡ ਸੀਡਸ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਇਹਦੀਆਂ ਵੈਰਾਈਟੀਆਂ ਹੈਗੀਆਂ ਜੀ 5 ਐਨਸੀਐਸ 855 90 13 90 24 495 ਤੇ 9002 ਇਹ ਸਾਰਿਆਂ ਦੇ ਅੱਗੇ ਐਨਸੀਐਸ ਲੱਗੇਗਾ ਠੀਕ ਹੈ ਜੀ ਤੇ ਕੋ ਮਾਰਕੀਟਿੰਗ ਆ ਪ੍ਰਭਾਤ ਐਗਰੀਬਾਇਓਟੈਕ ਲਿਮਟਿਡ ਦੀ ਇਹ ਜਿਹੜੀ ਵੇਚ ਰਹੀ ਹੈ ਵੈਰਾਈਟੀ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਹੈ। ਯਗਾਂਤੀ ਸੀਡਸ ਪ੍ਰਾਈਵੇਟ ਲਿਮਟਿਡ ਠੀਕ ਹੈ ਜੀ ਤਾਂ ਇਹ ਵੀ ਪੀ ਸੀ ਐ 877 ਨੂੰ ਵੇਚ ਰਹੀ ਹੈ। ਪਰਵਰਤਨ ਸੀਡਸ ਪ੍ਰਾਈਵੇਟ ਲਿਮਟਿਡ ਇਹ ਕੰਪਨੀ ਦੀਆਂ ਦੋ ਵੈਰਾਈਟੀ ਹੈ ਪੀ ਆਰ ਸੀ ਐਚ 7799 ਪੀ ਆਰ ਸੀ ਐਚ 333 ਠੀਕ ਹੈ ਜੀ Amar Biotech Limited ਇਹਦੀਆਂ ਦੋ ਵੈਰਾਈਟੀਆਂ ਪ੍ਰਮਾਣਿਤ ਕੀਤੀਆਂ ਨੇ ABCH4899 ABCH243 ਇਹ BT ਬੋਲਗਾਰਡ 2 ਨੇ ਸਾਰੇ ਦੀਆਂ ਸਾਰੀਆਂ ਜੋ ਮੈਂ ਨਾਮ ਲੈ ਰਿਹਾ ਨੰਦਨੀ ਐਗਰੀ ਸਾਇੰਸ ਪ੍ਰਾਈਵੇਟ ਲਿਮਟਿਡ ਇਹ ਜਿਹੜੀ ਇਹ ਕੋ-ਮਾਰਕੀਟਿੰਗ ਆਫ ਅਮਰ ਬਾਇਓਟੈਕ ਪ੍ਰਾਈਮੇਟ ਲਿਮਟਿਡ ਦੀਆਂ ਨੂੰ ਮਾਰਕੀਟਿੰਗ ਕਰ ਰਹੀ ਹੈ ਜਿਵੇਂ ਕਿ ਆ 4899 ਕੰਪਨੀ ਇਹ ਨੰਦਨੀ ਵਾਲਿਆਂ ਦੀ ਵੀ ਤੁਹਾਨੂੰ ਮਿਲ ਜੇਗੀ ਤੇ ਇਹ ਜਿਹੜੀ ਦੂਸਰੀ ਵੈਰਾਈਟੀ ਹੈ 254 ABCH 254 ਵੀ ਇਹ ਨੰਦਨੀ ਵਾਲੇ ਦੇ ਰਹੇ ਹੈ ਰਾਸ਼ੀ ਦੀਆਂ ਵੈਰਾਈਟੀ ਹੈ ਰਾਸ਼ੀ ਦੀਆਂ ਵੈਰਾਈਟੀਆਂ ਦੇ ਅੱਗੇ RCH ਲਿਖਿਆ ਹੁੰਦਾ ਜੀ ਤਾਂ ਇਹ ਕਿਹੜੀਆਂ ਇੱਕ RCH 653 ਰਾਸ਼ੀ 773 ਰਾਸ਼ੀ 776 314 ਸ਼ਕਤੀ 9 ਸ਼ਕਤੀ 9 RCH 650 RCA 809 RCH 602 RCH 938 RCH 952 RCH 846 RCH 926 ਇਹ ਜਿਹੜੀਆਂ ਰਾਸ਼ੀ ਦੀਆਂ ਵੈਰਾਈਟੀਆਂ ਸੀਆਂ ਮਾਈਕੋ ਮਾਈਕੋ ਇੱਕ ਵੈਰਾਈਟੀ ਆਪਣੀ ਵੇਚ ਰਹੀ ਹੈ ਇੱਕੇ ਵੈਰਾਈਟੀ ਜਿਹੜੀ ਹੈਗੀ ਹੈ ਰਾਸ਼ੀ ਦੀ ਵੇਚ ਰਹੀ ਹੈ ਆਪਣੀ ਵੇਚ ਰਹੀ ਹੈ MRC 7365 ਤੇ ਦੂਸਰੀ ਹੈ ਸ਼ਕਤੀ 9 ਠੀਕ ਹੈ ਜੀ ਸ਼੍ਰੀ ਰਾਮ ਬਾਇਓ ਸੀਡ ਜੈਨੇਟਿਕਸ ਕੰਪਨੀ ਹੈ ਇਹ ਇਹਦੀਆਂ ਚਾਰ ਵੈਰੈਟੀਆਂ ਹਨ 21132 3112 8422 8422 ਸੀਡਜ਼ ਵਰਕਰਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਇਸ ਕੰਪਨੀ ਦੀਆਂ ਜਿਹੜੀਆਂ ਵੈਰਾਈਟੀਆਂ ਐ ਐਸ ਡਬਲਯੂ ਸੀ ਐਚ ਇਹਨਾਂ ਦੇ ਅੱਗੇ ਲਗਿਆ ਹੋਇਆ ਨਾਮ ਹੈਗਾ ਜੀ 4744 4755 4757 4748 ਠੀਕ ਹੈ ਜੀ ਬਾਇਰ ਬਾਇਰ ਕ੍ਰੌਪ ਸਾਇੰਸ ਹੈ ਇਹ ਜਿਹੜਾ ਹੈਗਾ ਇਹ ਵੈਰਾਈਟੀ ਦੇ ਰਹੀ ਹੈ ਐਸ ਡਬਲਯੂ ਸੀ ਐਚ 4704 ਐਸ ਡਬਲਯੂ ਸੀ ਐਚ 47 55 ਉਹੀ ਵੈਰੈਟੀ ਜਿਹੜੀ ਸੀਡਸ ਵਰਕ ਕੰਟਿਨੇਸ਼ਨ ਪ੍ਰਾਈਵੇਟ ਲਿਮਟਿਡ ਦੀਆਂ 4704 ਤੇ 4755 ਉਹਦੀਆਂ ਦੇ ਰਿਹਾ ਹੈ ਰੈਲਿਸ ਇੰਡੀਆ ਆਪਣੀ ਵੈਰੈਟੀ ਲੈ ਕੇ ਆਇਆ ਐਮ ਐਚ 5302 ਐਮ ਐਚ 5403 ਐਮ ਐਚ 5408 ਮੈਂ ਤੁਹਾਨੂੰ ਫੇਰ ਦੱਸ ਦੇਣਾ ਚਾਹਣਾ ਹੈ ਕਿ ਇਹ ਸਾਰੀਆਂ ਬੋਲਗਾ 2 ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪ੍ਰਮਾਣਿਤ ਕਿਸਮਾਂ ਹੈ ਇਸ ਤੋਂ ਬਿਨਾ ਵੀ ਇਹਨਾਂ ਕੰਪਨੀ ਨੇ ਕਿਸਮਾਂ ਹੋ ਸਕਦੀਆਂ ਲੇਕਿਨ ਮੈਂ ਤੁਹਾਨੂੰ ਉਹੀ ਦੱਸ ਰਿਹਾ ਜਿਹੜੀਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਹੈ ਤੇ ਸਭ ਨੂੰ ਬੇਨਤੀ ਹੈ ਕਿ ਕੇਵਲ ਪ੍ਰਮਾਣਿਤ ਕਿਸਮਾਂ ਹੀ ਬੀਜੋ ਤੇ ਨਾਲ ਪ੍ਰਮਾਣਿਤ ਡੀਲਰ ਤੋਂ ਹੀ ਖਰੀਦੋ ਤੇ ਨਾਲ ਪੱਕਾ ਬਿੱਲ ਜ਼ਰੂਰ ਲਓ ਤਾਂ ਇਹ ਜਿਹੜਾ ਹੈਗਾ ਇੱਕ ਮਾਰਕੀਟਿੰਗ ਕਰ ਰਿਹਾ ਹੈਗਾ ਇੱਕ ਆ ਜਿਹੜਾ ਦੂਸਰੀ ਵੈਰੈਟੀ SWCH4755 ਰੀਲਿਸ ਵਾਲੀ ਇੱਕ JK ਐਗਰੀ ਜੈਨੇਟਿਕਸ ਹੈ ਇਹਦੀਆਂ ਵੈਰਾਈਟੀਆਂ ਹੈ ਜੀ JKCH 7050 JKCH 1947 JKCH 9940 JKCH 0109 JKCH 12124 ਠੀਕ ਹੈ ਜੀ ਤਾਂ ਸੇਡ ਵਰਕ ਇੰਟਰਨੈਸ਼ਨਲ ਦੀ ਇੱਕ ਦੀ ਵੈਰਾਈਟੀ ਵੀ ਇਹ ਦੇ ਰਿਹਾ ਹੈ SWCH 4744 ਤੇ SWCH 4755 ਅਗਲੀ ਫਰਮ ਹੈ ਜੀ ਅਜੀਤ ਸੀਡਸ ਪ੍ਰਾਈਵੇਟ ਲਿਮਟਿਡ ਇਹਦੀਆਂ ਵੈਰੈਟੀ ਕਾਫੀ ਐ ਏ ਸੀ ਐਚ ਲੱਗਿਆ ਹੋਇਆ ਹੈ ਇਹਦੀਆਂ ਵੈਰੈਟੀਆਂ ਦੇ ਅਗਲੇ ਪਾਜੀ 332 1702 1552 7772 9452 9552 ਤੇ 1332 ਇਹ ਇਹਦੀਆਂ ਵੈਰੈਟੀਆਂ ਐ ਏ ਸੀ ਐਚ 1332 ਜਿਸ ਤਰ੍ਹਾਂ ਕਹਿ ਸਕਦੇ ਆਂ ਸੁਪਰ ਸੀਡਸ ਪ੍ਰਾਈਵੇਟ ਲਿਮਟਿਡ ਇਹਦੀਆਂ ਦੋ ਵੈਰਾਈਟੀਆਂ ਪ੍ਰਮਾਣਿਤ ਕੀਤੀਆਂ ਹਨ ਸੁਪਰ 5ਪੰਜ ਸੁਪਰ 965 ਕਵੇਰੀ ਸੀਡਸ ਕੰਪਨੀ ਲਿਮਟਿਡ ਦੀਆਂ ਦੋ ਵੈਰਾਈਟੀ ਪ੍ਰਮਾਣਿਤ ਕੀਤੀਆਂ ਗਈਆਂ ਹਨ ਕੇ ਸੀ ਐਚ 999 ਕੇ ਸੀ ਐਚ 307 ਕ੍ਰਿਸ਼ੀਤਨ ਸੀਡਸ ਪ੍ਰਾਈਵੇਟ ਲਿਮਟਿਡ ਇਹ ਵੀ ਇੱਕ ਕੰਪਨੀ ਹੈ ਜਿਹਦੀਆਂ ਕਿ ਦੋ ਵੈਰਾਈਟੀਆਂ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਕੀਤੀਆਂ ਗਈਆਂ ਹਨ ਕੇਡੀ ਸੀ ਐਚ ਐਚ 516 ਕੇਡੀ ਸੀ ਐਚ ਐਚ 641 ਪ੍ਰਮਾਨੰਦ ਸੀਡਸ ਇਹ ਸੋਲਾਰ ਐਗਰੋਟੈਕ ਪ੍ਰਾਈਵੇਟ ਲਿਮਿਟਿਡ ਦੀ ਵੈਰਾਈਟੀ ਦੇ ਰਿਹਾ ਹੈ ਸੋਲਾਰ 75 ਸੋਲਾਰ 77 ਜਾਂ ਇਹਨੂੰ ਸੋਲਰ 75 ਜਾਂ ਸੋਲਰ 77 ਕਹਿ ਸਕਦੇ ਹਾਂ ਦੀਪਕ ਸੀਡਸ ਵੀ ਸੋਲਰ 75 ਤੇ ਸੋਲਰ 77 ਵੈਰਾਈਟੀ ਦੇ ਰਿਹਾ ਹੈ ਸਿੰਧੀ ਹਾਈਬ੍ਰਿਡ ਸੀਡਸ ਵੀ ਸੋਲਰ 75 ਵੈਰਾਈਟੀ ਵੇਚ ਰਿਹਾ ਹੈ ਕੋਹੇਨੂਰ ਸੀਡ ਸੀਡਸ ਫੀਲਡਸ ਕੰਪਨੀ ਇਹ ਹੈ ਜੀ ਇਹ ਦੀਆਂ ਦੋ ਵੈਰਾਈਟੀਆਂ ਪ੍ਰਮਾਣਿਤ ਕੀਤੀਆਂ ਕੈਸਚ 207 ਕੈਸਚ 213 ਬਾਈਮੀ ਕੰਪਨੀ ਹੈ ਜੀ ਕ੍ਰਿਸ਼ਨਾ ਸੀਡਸ ਫਾਰਮ ਇਹ ਜਿਹੜਾ ਹੈਗਾ ਕੋਹੇਨੂ ਸੀਡਸ ਦੀਆਂ ਜੋ ਵੈਰਾਈਟੀਆਂ ਹੈਗੀਆਂ ਕੈਸਚ 207 ਕੈਸਚ 213 ਇਨਾਂ ਨੂੰ ਵੇਚ ਰਿਹਾ ਹੈ ਗ੍ਰੀਨਵੋਟ ਐਗਰੀ ਸਾਇੰਸ ਇਹ ਵੀ ਕੇਐਸਸੀਐਚ 207 ਵੈਰੈਟੀ ਇਹ ਤੁਹਾਨੂੰ ਦੇ ਰਿਹਾ ਹੈ ਇਹਦੀ ਵੀ ਵੈਰੈਟੀ ਪ੍ਰਮਾਣਿਤ ਕੀਤੀ ਹੈ ਵਿਜੇਟਾ ਹਾਈਬ੍ਰਿਡ ਸੀਡਸ ਕੰਪਨੀ ਇਹ ਇਹ ਵੀ ਕਹੇ ਨੂੰ ਸੀਡਸ ਦੀ ਵੈਰੈਟੀ ਇਹਨਾਂ ਦੀ ਪੈਕਿੰਗ 'ਚ ਮਿਲੇਗੀ ਕੇਐਸਸੀਐਚ 207 ਅੰਕਰ ਸੀਡਸ ਪ੍ਰਾਈਵੇਟ ਲਿਮਿਟਿਡ ਅੰਕਰ ਦੀਆਂ ਕਾਫੀ ਵੈਰੈਟੀਆਂ ਪ੍ਰਚਲਿਤ ਹੈ ਇਹਦੇ ਵਿੱਚੋਂ ਜੋ ਇਹਨਾਂ ਨੇ ਪ੍ਰਮਾਣਿਤ ਕੀਤੀਆਂ ਉਹ ਹੈ ਅੰਕਰ 3282 ਅੰਕਰ 81 ਵੀ ਜਸੀ ਅੰਕਰ 3224 ਅੰਕਰ 3244 ਅੰਕਰ 999 ਠੀਕ ਹੈ ਜੀ ਸ਼ਰੀਰਾ ਫਰਟੀਲਾਈਜ਼ਰ ਐਂਡ ਕੈਮੀਕਲ ਇਹ ਕੁਝ ਇਹਨਾਂ ਰੀਆਂ ਆਪਣੀਆਂ ਵੈਰੈਟੀ ਹੈ ਕੁਝ ਵੈਰੈਟੀਆਂ ਸੇਖੇ ਜਿਹੜਾ ਹੈਗਾ ਸੀਡਜ਼ ਵਰਕਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਿਡ ਦੀਆਂ ਵੀ ਇਹ ਦੇ ਰੇ ਹੈ ਜਿਹੜੀਆਂ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਖੇਤੀਬਾੜੀ ਭਾਗ ਦਾ ਪ੍ਰਮਾਣਿਤ ਕੀਤੀਆਂ 311 ਤੋਂ 25102 21132 ਤੇ 65392 ਤੇ ਇਹ ਦੇ ਰਹੇ ਆ ਤੁਹਾਨੂੰ ਨਾਲ ਇਹ ਵੈਰੈਟੀ ਵੀ SWCA4755 SWCA4757 ਕ੍ਰਿਸਟਲ ਕਰਾ ਪ੍ਰੋਟੈਕਸ਼ਨ ਤੋਂ ਤੁਹਾਨੂੰ 1677BG ਇਹਨਾਂ ਦੀ ਪੈਕਿੰਗ ਦੇ ਵਿੱਚ ਵੀ ਮਿਲ ਜਾਏਗੀ ਕ੍ਰਿਪਕੋ ਕ੍ਰਿਪਕੋ ਤੋਂ ਤੁਹਾਨੂੰ ਕ੍ਰਿਪਕੋ ਦੀ ਜਿਹੜਾ ਹੈਗਾ ਪ੍ਰਭਾਤ ਐਗਰੀ ਬਾਇਓਟੈਕ ਲਿਮਟਿਡ ਦੀ ਵੈਰੈਟੀ ਜੋ ਹੈ PCH477 ਤੁਹਾਨੂੰ ਮਿਲੇਗੀ ਤਾਂ ਇਹ ਨਿਊ ਜੀਵਰ ਸੀਡਸ ਦੀ ਵੀ ਵੈਰਾਈਟੀ ਦੇ ਰਿਹਾ ਹੈ ਐਨ ਸੀ ਐਸ 495 ਤਾਂ ਟੋਟਲ ਕਹਿਣ ਦਾ ਮਤਲਬ ਇਹ ਹੈਗਾ ਕਿ ਪੰਜਾਬ ਦੇ ਵਿੱਚ 28 ਫਰਮਾਂ ਜਿਹੜੀਆਂ ਉਹਨਾਂ ਨੂੰ ਪ੍ਰਮਾਣਿਤ ਕੀਤਾ ਇਹਨਾਂ ਨੇ ਕਿ ਉਹ ਫਰਮਾਂ ਪੰਜਾਬ ਦੇ ਵਿੱਚ ਬੀਟੀ ਕਾਟਨ ਵੇਚ ਸਕਣਗੀਆਂ ਤੇ ਇਹ ਜਿਹੜੀਆਂ ਫਰਮਾਂ ਹੈਗੀਆਂ ਇਹਨਾਂ ਦੀਆਂ ਕੁਝ ਦੀਆਂ ਵੈਰਾਈਟੀਆਂ ਆਪਣੀਆਂ ਕੁਝ ਦੂਸਰੀ ਫਰਮ ਦੀਆਂ ਵੈਰਾਈਟੀਆਂ ਨੂੰ ਸੇਲ ਕਰ ਰਹੀ ਹੈ ਤਾਂ ਕੁੱਲ ਮਿਲਾ ਕੇ ਅਸੀਂ ਇਹਨਾਂ ਦੇ ਵਿੱਚੋਂ ਹੀ ਕੋਈ ਇੱਕ ਵੈਰੈਟੀ ਚੁਣੀਏ ਤਾਂ ਵੈਰੈਟੀ ਚੁਣਨ ਦਾ ਬਈ ਸਿੱਧਾ ਜਿਹਾ ਹਿਸਾਬ ਹੁੰਦਾ ਹੈ ਕਿ ਅਸੀਂ ਇਹ ਦੇਖੀਏ ਕਿ ਪਿਛਲੇ ਸਾਲ ਮੇਰੇ ਇਲਾਕੇ ਦੇ ਵਿੱਚ ਮੇਰੇ ਖੇਤ ਦੇ ਵਿੱਚ ਕਿਹੜੀ ਵੈਰੈਟੀ ਨੇ ਝਾੜ ਚੰਗਾ ਦਿੱਤਾ ਹੈ ਤੇ ਕਿਹੜੀ ਵੈਰੈਟੀ ਨੇ ਝਾੜ ਜਿਹੜਾ ਹੈਗਾ ਮਾੜਾ ਦਿੱਤਾ ਤੇ ਉਸੇ ਨੂੰ ਹੀ ਬੇਸ ਬਣਾ ਕੇ ਆਪਾਂ ਅੱਗੇ ਵਧਣਾ ਚਾਹੀਦਾ ਹੈ ਤਾਂ ਲੋਕਾਂ ਦੇ ਪਿੱਛੇ ਨਾ ਲੱਗੋ ਆਪਣਾ ਤਜਰਬਾ ਕਰੋ ਨਵੀਂ ਵੈਰੈਟੀ ਉਸੇ ਤਰੀਕੇ ਨਾਲ ਥੋੜੇ-ਥੋੜੇ ਏਰੀਆ ਟ੍ਰਾਈ ਕਰਕੇ ਅੱਗੇ ਵਧਾਓ ਤਾਂ ਕਈ ਵਾਰੀ ਕੀ ਹੁੰਦਾ ਕਿ ਦੇਖੋ ਵੈਰੈਟੀ ਮਾੜੀ ਨਹੀਂ ਹੁੰਦੀ ਵੈਰੈਟੀ ਚੰਗੀ ਹੁੰਦੀ ਹੈ ਜਿਵੇਂ ਪਿਛਲੇ ਸਾਲ ਝੋਨੇ ਦੀ ਗੱਲ ਕਰਦਾ ਕਿ PR129 ਵੈਰੈਟੀ ਸੀ ਚੰਗੀ ਵੈਰੈਟੀ ਸੀਗੀ ਕੁਝ ਲੋਕ ਤਾਂ ਇੰਨੇ ਜ਼ਿਆਦਾ ਖੁਸ਼ ਹੋਏ ਕਿ ਬਹੁਤ ਵਧੀਆ ਝਾੜ ਦਿੱਤਾ ਤੇ ਫਰੀਦਕੋਟ ਫਰੋਇਪਰ ਦੇ ਵਿੱਚ ਬਹੁਤੇ ਲੋਕ ਬੜੇ ਪਰੇਸ਼ਾਨ ਹੋਏ ਕਿ ਝਾੜ ਘਟ ਦਿੰਦਾ ਐ ਇਸੇ ਤਰੀਕੇ ਨਾਲ ਕਣਕ ਦੀ ਜਿਵੇਂ 3226 ਹੈ ਕਰਨਾਲ ਵਾਲੇ ਕਹੀ ਜਾਂਦੇ ਕਿ ਇਹਦੇ ਨਾਲ ਦੀ ਵੈਰਾਈਟੀ ਕੋਈ ਨਹੀਂ 70 ਮੰਤ ਉੱਤੇ ਝਾੜ ਆ ਗਿਆ ਫਰੀਦਕੋਟ ਵਾਲੇ ਕਹੀ ਜਾਂਦੇ ਕਿ ਇਸ ਵੈਰਾਈਟੀ ਨੇ ਡੋਪਤਾ ਤਾਂ ਕੁੱਲ ਮਿਲਾ ਕੇ ਮੈਂ ਨਹੀਂ ਕਹਿੰਦਾ ਕਿ ਵੈਰਾਈਟੀ ਕੋਈ ਮਾੜੀ ਹੈ ਵੈਰਾਈਟੀ ਕੋਈ ਨਹੀਂ ਮਾੜੀ ਹੁੰਦੀ ਅਲੱਗ-ਅਲੱਗ ਏਰੀਏ ਦੇ ਹਿਸਾਬ ਦੇ ਨਾਲ ਇਹ ਵੈਰਾਈਟੀਆਂ ਕਈ ਵਾਰੀ ਅਲੱਗ-ਅਲੱਗ ਤਰੀਕੇ ਦੇ ਨਾਲ ਰਿਸਪੌਂਡ ਕਰਦੀਆਂ ਇਹਦੇ ਕਰਕੇ ਆਪਣੇ ਖੇਤ ਦੇ ਵਿੱਚ ਤਜਰਬਾ ਕਰਕੇ ਉਸ ਵੈਰੈਟੀ ਦੇ ਅੰਦਰ ਫੇੜੀ ਏਰੀਆ ਵਧਾਓ ਤੇ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਹੋਈਆਂ ਕਿਸਮਾਂ ਹੈਗੀਆਂ ਤੇ ਜਿਹਨੀਆਂ ਦੀ ਰਿਕਵੈਸਟ ਪੰਜਾਬ ਖੇਤੀਬਾੜੀ ਤੇ ਕਿਸਾਨ ਭੜਾਈ ਭਾਗ ਕਰ ਰਿਹਾ ਉਹਨਾਂ ਦੇ ਵਿੱਚੋਂ ਕੋਈ ਇੱਕ ਵੈਰੈਟੀ ਤੁਸੀਂ ਚੁਣੋ ਤੇ ਚੁਣ ਕੇ ਨਾਲ ਪ੍ਰਮਾਣਿਤ ਡੀਲਰ ਤੋਂ ਵੀ ਖਰੀਦੋ ਤੇ ਨਾਲ ਪੱਕਾ ਬਿੱਲ ਲਓ ਕਿਉਂਕਿ ਕਈ ਵਾਰੀ ਦੇਖਣ ਚ ਇਹ ਆਉਂਦਾ ਹੈ ਕਿ ਅਸੀਂ ਪ੍ਰਮਾਣਿਤ ਡੀਲਰ ਦੀ ਬਜਾਏ ਪਿੰਡਾਂ ਦੇ ਵਿੱਚ ਜਿਹੜੇ ਸੇਲਜ਼ਮੈਨ ਘੁੰਮਦੇ ਆ ਉਹਨਾਂ ਤੋਂ ਬੀਜ ਲੈਣ ਦੀ ਤਰਜੀਹ ਕਰ ਦਿੰਨੇ ਆ ਤੇ ਕਈ ਵਾਰੀ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਫੜੇ ਵੀ ਗਏ ਆ ਤੇ ਕਿੱਡੇ-ਕਿਡੇ ਘਪਲੇ بیਟੀ ਕਾਟਨ ਦੇ ਬੀਜ ਦੇ ਵਿੱਚ ਪਿਛਲੇ ਸਾਲਾਂ ਚ ਸਾਹਮਣੇ ਵੀ ਆਏ ਆ ਇਹਦੇ ਕਰਕੇ ਬੀਜ ਖਰੀਦਣ ਲੱਗੇ ਪੂਰਨ ਤੌਰ ਤੇ ਸਾਵਧਾਨੀ ਵਰਤੋ ਧੰਨਵਾਦ ਦੋਸਤੋ ਮਿਹਰਬਾਨੀ